ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੰਟਰਸਟਿੰਗ ਫੈਕਟਸ ਬਾਰੇ ਤੇ ਹੁਣ ਗੱਲ ਕਰਦੇ ਹਾਂ ਫੈਕਟ ਬਾਰੇ ਕਈ ਵਾਰ ਅਮਰੀਕਾ ਦੀ ਸੀਕ੍ਰੀਟ ਸਰਵਿਸ ਨੇ ਕਈ ਵਾਰ ਹਿਟਲਰ ਦੇ ਭੋਜਨ ਵਿੱਚ ਮੈਲਾ ਹਾਰਮੋਨ ਪਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਦਾ ਪਤਾ ਸੀਆਈਏ ਦੇ ਡਾਕੂਮੈਂਟਸ ਅਧਾਰਤ ਲਿਖੀ ਗਈ ਬੁੱਕ ਸਿਕਰਡ ਵੈਪਨ ਟੈਕਨੋਲੋਜੀ ਸਾਇੰਸ ਐਂਡ ਰੇਸ ਟੂ ਵਿਨ ਦਾ ਵਰਲਡ ਵਾਰ 2 ਵਿੱਚ ਪਤਾ ਲੱਗਿਆ ਸੀ ਇਸ ਪਲਾਨ ਨੇ ਇਸ ਤਰ੍ਹਾਂ ਕੰਮ ਕਰਨਾ ਸੀ ਕਿ ਇਸ ਦੇ ਭੋਜਨ ਵਿੱਚ ਐਸਟ੍ਰੋਜਨ ਮਿਲਾਇਆ ਜਾਣਾ ਸੀ ਜੋ ਕਿ ਟੈਸਟੋਸਟ੍ਰੋਨ ਦਾ ਮਤਲਬ ਉਹਨਾਂ ਦਾ ਇਹ ਮੰਨਣਾ ਸੀ ਕਿ ਇਸ ਤਰ੍ਹਾਂ ਤਾਨਾਸ਼ਾਹ ਘੱਟ ਗੁੱਸੇਖੋਰ ਹੋ ਜਾਵੇਗਾ ਤੇ ਲੋਕ ਉਸ ਤੋਂ ਘੱਟ ਡਰਣਗੇ ਪਰ ਇਹ ਪਲਾਨ ਉਹਨਾਂ ਦਾ ਕਾਮਯਾਬ ਨਹੀਂ ਹੋਇਆ ਕਿਉਂਕਿ ਇਸ ਤਰ੍ਹਾਂ ਕਰਨਾ ਸੰਭਵ ਨਹੀਂ ਸੀ ਪਰ ਜੇਕਰ ਇਹ ਪਲਾਨ ਕਾਮਯਾਬ ਹੋ ਜਾਂਦਾ ਤਾਂ ਅੱਜ ਹਿਟਲਰ ਨੂੰ ਇੱਕ ਔਰਤ ਦੇ ਰੂਪ ਵਿੱਚ ਜਾਣਿਆ ਜਾਣਾ ਸੀ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰੀਆਂ ਇਹ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਵੇਗੀ ਧੰਨਵਾਦ